ਸਿੱਖਾਂ ਦੀ ਪਹਿਚਾਣ ਇੱਕ ਮਾਰਸ਼ਲ ਕੌਮ ਦੇ ਤੌਰ ਤੇ ਇਤਿਹਾਸ ਦੇ ਵਿੱਚ ਦਰਜ ਹੈ। ਮੁਗਲ ਹਮਲਾਵਰਾਂ ਨੇ ਜਦ ਵੀ ਹਿੰਦੁਸਤਾਨ ਤੇ ਹਮਲੇ ਕੀਤੇ, ਸਿੱਖਾਂ ਨੇ ਇੱਕ ਯੋਧਾ ਫੌਜ ਦੀ ਤਰ੍ਹਾਂ ਉਹਨਾਂ ਦਾ ਸਾਹਮਣਾ ਕੀਤਾ ਤੇ ਕਈ ਜੰਗਾਂ ਦੇ ਵਿੱਚ ਫਤਿਹ ਵੀ ਹਾਸਲ ਕੀਤੀ। 6ਵੀਂ ਪਾਤਸ਼ਾਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਿੱਖ ਫੌਜਾਂ ਦੀ ਸਿਖਲਾਈ ਦੇ ਲਈ ਸ਼ਸਤਰ ਵਿੱਦਿਆ ਤੇ ਆਧਾਰਿਤ ਇੱਕ ਮਾਰਸ਼ਲ ਆਰਟ ਤਿਆਰ ਕੀਤਾ, ਜਿਸ ਨੂੰ ਗਤਕਾ ਦੇ ਨਾਂ ਤੋਂ ਜਾਣਿਆ ਜਾਂਦਾ ਹੈ। ਗਤਕਾ ਦਰਅਸਲ ਸ਼ਸਤਰ ਵਿੱਦਿਆ, ਸਰੀਰਕ ਚੁਸਤੀ ਫੁਰਤੀ ਤੇ ਦਮਖਮ ਤੇ ਆਧਾਰਿਤ ਇੱਕ ਮਾਰਸ਼ਲ ਆਰਟ ਹੈ, ਜਿਸ ਦੇ ਵਿੱਚ ਦਿਮਾਗ ਦੀ ਵੀ ਅਹਿਮ ਭੂਮਿਕਾ ਹੁੰਦੀ ਹੈ। ਅੱਜ ਬਦਲਦੇ ਸਮੇਂ ਤੇ ਸ਼ਾਂਤੀ ਦੇ ਹਾਲਾਤਾਂ ਵਿੱਚ ਗਤਕਾ ਨੇ ਇੱਕ ਤਰ੍ਹਾਂ ਦਾ ਸਪੋਰਟਸ ਦਾ ਦਰਜਾ ਹਾਸਿਲ ਕਰ ਲਿਆ ਹੈ। ਅੱਜ ਇਸਦੇ ਵਿਦਿਆਰਥੀ ਇਸਦੇ ਵਿੱਚ ਕਈ ਤਰ੍ਹਾਂ ਦੇ ਸਟੰਟ ਸ਼ਾਮਿਲ ਕਰਕੇ ਕਈ ਮੰਚਾਂ ਤੇ ਇਸ ਯੁੱਧ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕਰਦੇ ਹਨ, ਜਿਨ੍ਹਾਂ ਨੂੰ ਵੇਖ ਕੇ ਦਰਸ਼ਕ ਅਚੰਭੇ ਦੇ ਨਾਲ ਭਰ ਉੱਠਦੇ ਹਨ। ਗਤਕਾ ਦੀ ਸਿਖਲਾਈ ਦੇ ਲਈ ਪੰਜਾਬ ਦੇ ਵਿੱਚ ਕਈ ਅਖਾੜੇ ਵੀ ਚੱਲ ਰਹੇ ਹਨ। ਇਹਨਾਂ ਵਿੱਚ ਇੱਕ ਤਰਨ ਤਰਨ ਦਾ ਮਸ਼ਹੂਰ ਅਖਾੜਾ ਵੀਰ ਖਾਲਸਾ ਦਲ ਹੈ, ਜਿਸ ਨੇ ਗਤਕਾ ਨੂੰ ਬੜੀ ਹੀ ਮਿਹਨਤ ਤੇ ਲਗਨ ਦੇ ਨਾਲ ਸਜਾਇਆ ਤੇ ਇਸ ਨੂੰ ਬੜੇ ਹੀ ਵਧੀਆ ਤਰੀਕੇ ਦੇ ਨਾਲ ਤਿਆਰ ਕੀਤਾ ਹੈ। ਖਾਲਸਾ ਦਲ ਦੇ ਸਰਪ੍ਰਸਤ ਸਰਦਾਰ ਕੰਵਲਜੀਤ ਸਿੰਘ ਹਨ, ਜਿਨ੍ਹਾਂ ਨੇ ਆਪਣੇ ਦਲ ਤੇ ਗਤਕਾ ਬਾਰੇ ਵਿਸਤਾਰ ਦੇ ਨਾਲ ਚਾਨਣਾ ਪਾਉਂਦਿਆਂ ਹੋਏ ਦੱਸਿਆ ਕਿ ਗਤਕਾ ਇੱਕ ਪ੍ਰਾਚੀਨ ਸ਼ਸਤਰ ਵਿੱਦਿਆ ਹੈ। ਵੀਰ ਖਾਲਸਾ ਦਲ ਸੀ ਛੋਟੇ ਜਿਹੇ ਮਤਲਬ ਕਸਬੇ ਦੇ ਵਿੱਚੋਂ ਉੱਠ ਕੇ ਅਸੀਂ ਜਿਹੜਾ ਇਹ ਛੋਟਾ ਜਿਹਾ ਯੂਨਿਟ ਕੈਂਪ ਕੀਤਾ ਸੀ, ਆਪਣਾ ਗਰੁੱਪ ਕੈਂਪ ਕੀਤਾ ਸੀ ਅਤੇ ਹੌਲੀ ਹੌਲੀ ਅਸੀਂ ਇਸ ਨੂੰ ਮਤਲਬ ਇੰਨੀ ਪ੍ਰੈਕਟਿਸ ਕਰਕੇ ਸਾਰੀ ਦੁਨੀਆ ਦੇ ਵਿੱਚ ਅਸੀਂ ਆਪਣਾ ਮਤਲਬ ਵੀਰ ਖਾਲਸਾ ਦਲ ਦਾ ਨਾਂ ਰੋਸ਼ਨ ਕੀਤਾ ਹੈ। ਵੀਰ ਖਾਲਸਾ ਦਲ ਦੀ ਜਿਹੜੀ ਮੇਨ ਭੂਮਿਕਾ ਹੈ ਜੀ ਗਤਕਾ, ਅਤੇ ਅਸੀਂ ਗਤਕੇ ਦੇ ਨਾਲ ਨਾਲ ਸਟੰਟ ਜਿਹੜੇ ਅਸੀਂ ਆਈਸ ਤੋੜਨਾ, ਨਾਰੀਅਲ ਬ੍ਰੇਕਿੰਗ ਕਰਨਾ, ਢਾਲ ਕਿਰਪਾਨ ਦੇ ਨਾਲ ਬੰਦੇ ਨੂੰ ਇੱਕ ਬਰਛੇ ਦੇ ਉੱਤੇ ਚੱਕਣਾ, ਹੋਰ ਵੀ ਕਾਫੀ ਖਤਰਨਾਕ ਜਿਹੜੇ ਸਟੰਟ ਹੈ ਜਿਹੜੇ ਅਸੀਂ ਮਤਲਬ ਆਪਣੇ ਹਿਸਾਬ ਦੇ ਨਾਲ ਮੋਡੀਫਾਈ ਕਰਕੇ ਸਾਰੀ ਦੁਨੀਆ ਦੇ ਵਿੱਚ ਅਸੀਂ ਮਤਲਬ ਜਿਹੜੇ ਇਹ ਪ੍ਰਚਲਿਤ ਕੀਤੇ ਨਾ, ਅਤੇ ਇਸ ਕਰਕੇ ਜਿਹੜੇ ਸਾਡੇ ਜਿਹੜੇ ਹੋਰ ਵੀ ਜਿਹੜੀਆਂ ਟੀਮਾਂ ਵਾ ਉਹ ਸਾਰੇ ਇਸ ਨੂੰ ਅਪਣਾ ਰਹੀਆਂ ਨੇ। ਉਹਨਾਂ ਦਾ ਵੀਰ ਖਾਲਸਾ ਦਲ ਅੱਜ ਗਤਕਾ ਦਾ ਪ੍ਰਦਰਸ਼ਨ ਕਰਕੇ ਦੇਸ਼ ਵਿਦੇਸ਼ ਵਿੱਚ ਪ੍ਰਸਿੱਧੀਆਂ ਪ੍ਰਾਪਤ ਕਰ ਰਿਹਾ ਹੈ। ਉਹਨਾਂ ਦੇ ਦਲ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦੇ ਵਿੱਚ ਵੀ ਦਰਜ ਹੋ ਚੁੱਕਿਆ ਹੈ, ਜੋ ਉਹਨਾਂ ਦੇ ਦਲ ਹੀ ਨਹੀਂ ਬਲਕਿ ਪੂਰੀ ਕੌਮ ਪੂਰੇ ਦੇਸ਼ ਦੇ ਲਈ ਬੜੇ ਫਖਰ ਵਾਲੀ ਗੱਲ ਹੈ। ਕੰਵਲਜੀਤ ਸਿੰਘ ਹੋਰਾਂ ਦੱਸਿਆ ਕਿ ਗਤਕਾ ਵਿੱਚ ਨਵੀਂ ਸਿਖਲਾਈ ਲੈਣ ਵਾਲੇ ਵਿਦਿਆਰਥੀਆਂ ਨੂੰ ਉਹ ਇੱਕ ਮਹੀਨੇ ਦੀ ਟ੍ਰੇਨਿੰਗ ਦੇ ਕੇ ਪੂਰੀ ਤਰ੍ਹਾਂ ਤਿਆਰ ਕਰ ਦਿੰਦੇ ਹਨ। ਉਹਨਾਂ ਦਾ ਦਲ ਗਤਕਾ ਦੇ ਵਿੱਚ ਕਈ ਤਰ੍ਹਾਂ ਦੇ ਸਟੰਟ ਵਿਖਾਉਂਦਾ ਹੈ, ਜਿਨ੍ਹਾਂ ਦੇ ਵਿੱਚ ਨਾਰੀਅਲ ਤੋੜਨਾ ਪ੍ਰਮੁੱਖ ਹਨ। ਉਹਨਾਂ ਨੇ ਹਾਲ ਦੇ ਵਿੱਚ ਹੀ ਨਾਰੀਅਲ ਤੋੜਨ ਦਾ ਵਰਲਡ ਰਿਕਾਰਡ ਸਥਾਪਿਤ ਕੀਤਾ ਹੈ। ਪਹਿਲਾ ਰਿਕਾਰਡ 1 ਮਿੰਟ ਦੇ ਵਿੱਚ 38 ਨਾਰੀਅਲ ਤੋੜਨ ਦਾ ਸੀ। ਉਹਨਾਂ ਨੇ 1 ਮਿੰਟ ਦੇ ਵਿੱਚ 59 ਨਾਰੀਅਲ ਤੋੜ ਕੇ ਇੱਕ ਨਵਾਂ ਵਰਲਡ ਰਿਕਾਰਡ ਸਥਾਪਿਤ ਕੀਤਾ ਹੈ। ਗਤਕਾ ਵਿੱਚ ਖਾਸ ਤਰ੍ਹਾਂ ਦੀ ਪੋਸ਼ਾਕ ਪਾ ਕੇ ਇਸ ਨੂੰ ਪਰਫਾਰਮ ਕੀਤਾ ਜਾਂਦਾ ਹੈ। ਪਹਿਲਾਂ ਆਪਣੇ ਆਪ 'ਤੇ ਕੀਤਾ ਜਾਂਦਾ ਸਟੰਟ, ਭਾਈ ਸਾਹਿਬ ਆਪਣੇ 'ਤੇ, ਆਪਣੇ ਬ੍ਰਦਰ 'ਤੇ, ਸਾਡੇ ਵੱਡਿਆਂ 'ਤੇ ਕਰਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੇ ਬੱਚੇ ਆ ਉਹਨਾਂ ਦੇ ਉੱਤੇ ਬਾਅਦ ਵਿੱਚ ਕੀਤਾ ਜਾਂਦਾ ਵਾ। ਇਹ ਖਾਲਸਾਈ ਰੂਪ ਦੇ ਵਿੱਚ ਅਸੀਂ ਡਰੈਸਅਪ ਹੋਏ ਹਾਂ ਅਤੇ ਇਹ ਸਾਡੇ ਕੋਲ 3-4 ਤਰ੍ਹਾਂ ਦੀਆਂ ਡਰੈਸਅਪ ਹੈਗੀਆਂ ਵਾ, ਜਿਹੜੀਆਂ ਕਿ ਅਸੀਂ ਸਟੇਜ ਵਗੈਰਾ ਵਿੱਚ ਜਦੋਂ ਅਸੀਂ ਖੇਡਦੇ ਹਾਂ, ਸਟੇਜ ਵਗੈਰਾ 'ਤੇ ਖੇਡਦੇ ਹਾਂ, ਉਸ ਟਾਈਮ 'ਤੇ ਅਸੀਂ ਅਲੱਗ ਅਲੱਗ ਯੂਨੀਫਾਰਮ ਦੇ ਵਿੱਚ ਪਰਫਾਰਮ ਕਰਦੇ ਹਾਂ। ਅੱਜ ਉਹਨਾਂ ਦੇ ਛੋਟੇ ਜਿਹੇ ਕਸਬੇ ਤਰਨ ਤਾਰਨ ਦੇ ਵਿੱਚ ਉਹਨਾਂ ਦੇ ਦਲ ਦੀ ਬਦੌਲਤ ਬਹੁਤ ਸਾਰੇ ਨੌਜਵਾਨ ਗਤਕਾ ਦੇ ਨਾਲ ਜੁੜ ਰਹੇ ਹਨ ਤੇ ਇਸ ਦੀ ਸਿਖਲਾਈ ਲੈ ਕੇ ਇਸ ਦੇ ਪ੍ਰਦਰਸ਼ਨ ਦੇ ਲਈ ਤਿਆਰ ਹੋ ਰਹੇ ਹਨ। ਹੁਣ ਇੱਦਾਂ ਜੀ, ਇਹ ਨਵੀਂ ਨਵੀਂ ਜਿਹੜੀ ਤਕਨੀਕ ਦੇ ਕਾਰਨ ਇਹਨੂੰ ਦੇਖ ਕੇ ਜਿਹੜੀ ਸਿੱਖ ਕੌਮ ਦੇ ਵੀ ਜਿਹੜੇ ਬੱਚੇ ਉਤਸ਼ਾਹ ਹੋ ਰਹੇ ਨੇ ਵੀ ਇਹ ਇਹਨਾਂ ਨੂੰ ਦੇਖ ਕੇ ਅਸਾਂ ਵੀ ਇੱਦਾਂ ਦੇ ਤਿਆਰ ਬਰ ਤਿਆਰ ਹੋਈਏ। ਸਾਡੇ ਮਨ ਵਿੱਚ ਵੀ ਇਹੋ ਹੀ ਆ ਵੀ ਇਸ ਨੂੰ ਇਸ ਰਸਤੇ 'ਤੇ ਲਿਆਉਣ ਵਾਸਤੇ ਅਸਾਂ ਆਪਦੇ ਵੱਧ ਤੋਂ ਵੱਧ ਤਰੀਕੇ ਨਾਲ, ਬਲ ਦੇ ਨਾਲ, ਢੰਗ ਦੇ ਨਾਲ ਬੱਚਿਆਂ ਨੂੰ ਜਿਹੜੀ ਆ ਇਸ ਸਿੱਖ ਕੌਮ ਦੇ ਨਾਲ ਗੁਰੂ ਮਹਾਰਾਜ ਦੀਆਂ ਚਲਾਈਆਂ ਹੋਈਆਂ ਬਖਸ਼ਿਸ਼ਾਂ ਦੇ ਅਨੁਸਾਰ ਇਸ ਰਸਤੇ 'ਤੇ ਲਿਆਉਣ ਵਾਸਤੇ
ਅਸਾਂ ਵੀ ਦਿਨ ਰਾਤ ਇੱਕ ਕਰ ਰਹੇ ਹਾਂ। ਗਤਕਾ ਦੀ ਸਿਖਲਾਈ ਨੌਜਵਾਨਾਂ ਨੂੰ ਆਪਣੀ ਸਰੀਰਕ ਕਸ਼ਮਤਾਵਾਂ ਵਧਾਉਣ ਦੇ ਵਿੱਚ ਪ੍ਰੇਰਿਤ ਕਰਦੀ ਹੈ ਤੇ ਉਹਨਾਂ ਦੇ ਮਨ ਨੂੰ ਭਟਕਾਉਣ ਤੋਂ ਬਚਾ ਕੇ ਇੱਕ ਜਗ੍ਹਾ ਟਿਕਾ ਦਿੰਦੀ ਹੈ, ਜਿਸ ਦੇ ਨਾਲ ਨੌਜਵਾਨ ਤੇ ਅੱਜ ਦੀ ਪੀੜ੍ਹੀ ਨਸ਼ਿਆਂ ਵਰਗੀ ਲਾਹਨਤ ਤੋਂ ਬਚਣ ਦੇ ਵਿੱਚ ਪ੍ਰੇਰਿਤ ਹੁੰਦੀ ਹੈ, ਜਿਸ ਨੂੰ ਸਮਾਜ ਦੇ ਵਿੱਚ ਇੱਕ ਚੰਗੀ ਪਹਿਲ ਦੇ ਤੌਰ 'ਤੇ ਵੀ ਵੇਖਿਆ ਜਾ ਸਕਦਾ ਹੈ।